ਦੇਖਿਓ ਐਂ ਹੋਵੇ ਨਾ ਸਟਾਰਟਿੰਗ ਆਉਂਦਾ ਨਹੀਂ ਯਾਰ, ਉਹੀ ਟਰੈਕਟਰ ਆ ਪਿਛਲੇ ਸਾਲ ਵਾਲੇ, ਚੜ੍ਹਨਾ ਹੀ ਨਹੀਂ ਪਿਆ, ਨਹੀਂ ਚੜ੍ਹਦਾ। 153 ਦਾ ਸਰ ਇੱਕ ਨਾੜ ਕਰ, ਜੇ ਕਿਸੇ ਨੇ ਨਾ ਦੇਖਿਆ ਹੋਵੇ ਆਹ ਦੇਖ ਸਕਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਇਹ ਆਰਾਮ ਨਾਲ ਘਰੋਂ ਬਾਹਰ ਨਿਕਲਿਆ ਹੋਇਆ ਸੀ, ਹੁਣ ਮੈਨੂੰ ਦੇਖ ਕੇ ਅੰਦਰ ਵੜਿਆ ਵੀ ਗਾਲਾਂ ਕੱਢੂ ਟੁੱਟੂ ਫੜ ਕੇ, ਹੁਣ ਮੇਰੇ ਕਿੰਨੇ ਤੁਰਿਆ ਹੁੰਦਾ ਇਹ, ਹੁਣ ਆਹ ਮੌਜ ਹੋਊਗੀ, ਲਿਬੜ ਗਿਆ ਖੜਾ, ਮਿੱਟ ਪੈ ਜਾਂਦੀ ਹੈ ਬਾਹਰ ਨਾ, ਚੱਲ ਪਹਿਲਾਂ ਬਹੁਤ ਲਿਬੜਾ ਹੋਇਆ ਸੀ ਤਾਂ ਕਿਹੜੀ ਗੱਲ ਆ। ਓਹੋ ਮੈਂ ਕਹਿੰਦਾ ਸੀ ਹੁਣ ਆਹ ਮੌਜ ਹੋਊਗੀ, ਅੱਗੇ ਆ ਕੱਢਣੀ ਪੈਂਦੀ ਸੀ ਮੈਨੂੰ ਗੱਡੀਆਂ, ਮਾਂ ਤਾਂ ਹੈਗਾ ਤਾਂ ਹੀ ਠੀਕ ਕਰਾਇਆ ਹੈ ਵੀ ਇੱਥੇ ਖੇਤਾਂ ਖੁੱਤਾਂ 'ਚ ਕਿਹੜਾ ਕੱਢਣ ਨੂੰ। ਦੇਖਿਓ ਐਂ ਹੋਵੇ ਨਾ ਸਟਾਰਟਿੰਗ ਆਉਂਦਾ ਨਹੀਂ ਯਾਰ, ਸੁਭਾਅ ਤਾਂ ਦੁੱਖ ਦੁੱਖ ਦਾ ਆਇਆ ਨੀ ਚੋਬਰ ਤਾਂ ਸਹੀ, ਪਿਛਲੇ ਵਲੋਗ ਚ ਰੇ ਹੀ ਕੱਢਣਾ ਹੈ ਰੇ, ਅੱਜ ਰਿਓ ਇੱਧਰ ਪਨੀਰੀ ਵੀ ਵਧੀਆ ਹੋਈ ਜਾਂਦੀ ਆ, ਗਾਵਾਂ ਬੜੀਆਂ ਪੈਂਦੀਆਂ, ਪਤਾ ਨਹੀਂ ਕਿੱਥੋਂ ਆ ਗਈਆਂ, ਕੱਲ੍ਹ ਗਾਵਾਂ ਖਾ ਗਈਆਂ ਵੀ ਤੁਸੀਂ ਖਾਣਾ ਹੀ ਆਹ ਖਾ ਲਓ, ਜਿਹਦਾ ਸਾਨੂੰ ਕੋਈ ਚੱਕਰ ਨਹੀਂ ਪੈਣਾ, ਤੁਸੀਂ ਪਨੀਰੀ ਸਾਡੀ ਜ਼ਰੂਰ ਖਰਾਬ ਕਰਨੀ ਹੈ ਯਾਰ। ਅਰੇ ਇੱਥੋਂ ਬਚਾ ਲਿਓ ਜੇ ਖਾਧੀ ਪਈ ਹੈ, ਵਧੀਆ ਪਨੀਰੀ ਤਾਂ ਲੱਗ ਗਈ ਟਾਈਮ ਜੇ ਨਾਲ, ਟਰੈਕਟਰ ਦਾ ਆਪਣਾ ਟਿਕਾਣੇ 'ਤੇ ਪਹੁੰਚ ਗਿਆ ਉਹ ਕਿਹੜਾ, ਜਦੋਂ ਆਜੂਗਾ ਪਰ ਟੁੱਟਦਾ ਲਾ ਰਿਹਾ, ਚੱਲ ਪੂ ਕੰਮ ਲੈ ਮਿੱਤਰੋ, ਲੇਟ ਤਾਂ ਹੋ ਗਏ ਬਾਹਲੀ, 11:30 ਟਾਈਮ ਹੋ ਗਿਆ, ਅਤੇ ਹੁਣ ਆਇਆ ਮੁੰਡਾ ਟਰੈਕਟਰ ਲੈ ਕੇ, 5 ਭਈਏ ਨੇ ਨਾਲ, ਹੁਣ ਲੱਗੇ ਹੁਣ ਲੱਗਣਗੇ ਭਰਨ, ਹੋ ਜੂ ਕੰਮ ਸਟਾਰਟ ਬਸ। ਅਰੇ ਉਹ ਬੜਾ ਟਰੈਕਟਰ ਉਹੀ ਆ ਪਿਛਲੇ ਸਾਲਾਂ ਨੇ, ਲਓ ਜੀ ਇੰਨਾ ਰਿਓ ਪਿਆ ਹੁਣ ਆਪਣਾ ਨਹੀਂ ਮਤਲਬ ਲੱਗਿਆ ਜੋ ਫਿਰ ਸਟਾਰਟ ਕਰਨਾ ਆਪਣੇ ਕਹਿ ਗਿਆ ਜੀ, ਉਹੀ ਟਰੈਕਟਰ ਆ ਪਿਛਲੇ ਸਾਲ ਵਾਲੇ, ਦੁਬਾਰਾ ਹੁਣ ਤਾਂ ਇਹਨੇ ਇੱਥੋਂ ਦਾ ਭਰਨਾ ਬੜਾ ਵਧੀਆ, ਇੱਥੇ ਤੱਕ ਭਰਨਾ ਇਹਨੇ ਬੜਾ ਵਧੀਆ, ਉਦੋਂ ਅੱਗੇ ਆਇਆ ਨਾ ਟੋਏ, ਫਿਰ ਟਰੈਕਟਰ ਖੱਜਲ ਕਰਨ ਲੱਗ ਗਿਆ, ਬੈਗ ਨਹੀਂ ਚੜ੍ਹਦਾ ਤੁਹਾਡੀ, ਨਾਲੇ ਯਾਰ ਟਰਾਲੀ ਭਰੀ ਵੀ ਮਿੰਟੋ ਮਿੰਟ ਹੀ ਜਾਂਦੀ ਆ, ਬੰਦੇ ਟਰਾਲੀ ਭਰਦੇ ਆ, ਚੱਲ ਬੰਦੇ ਜਿੰਨਾ ਕੰਮ ਕਰ ਸਕਦੇ ਆ ਹੌਲੀ ਹੌਲੀ ਭਰਦੇ ਆ, ਡਿੱਕੀ ਨਹੀਂ ਐਨ ਪੂਰੀ ਟੀਸੀ ਨਹੀਂ ਕੱਢਦੇ, ਇਹਦੇ ਨਾਲ ਦੇਖੋ ਟੀਸੀ ਨਿਕਲਦੀ, ਸਮੇਲਾਂ ਉੱਠ ਪਈਆਂ ਨੇ ਕਹਿੰਦੇ ਪੂਰੀਆਂ ਇਹਦੇ ਮਗਰ, ਟਰੈਕਟਰ ਜਿਹੜੇ ਆਪਣੇ ਆ ਟਰੈਕਟਰ ਵਾਲੇ ਵੇਟ ਨੇ ਰੱਖਣੇ ਸੀ, ਉਦਣ ਇਹਦਾ ਫੋਨ ਆਇਆ ਕਹਿੰਦਾ ਵੇਟ ਨਾ ਰੱਖੀ ਵਾਲੇ ਵੀ ਇਹਦੇ ਪਿੱਛੇ ਟੰਗਾਂਗੇ, ਉਦਣ ਲੋਡ ਪਊਗੀ, ਇੱਥੇ ਲਿਪ ਮਾਰਨ ਲੱਗ ਗਿਆ ਫਿਰ ਪਿੱਛੇ ਵੇਟ ਪਾਉਣੇ ਪੈਂਦੇ ਆ, ਚਾਰੇ ਪਲੇਟਾਂ ਦੇ ਪਿੱਛੇ ਟੰਗ ਦੀਆਂ, ਪਿਛਲੀ ਵਾਰ ਵੀ ਐਂ ਕਰਿਆ ਸੀਗਾ, ਲੈ ਐਂ ਨਿਕਲਦੀ ਆ ਟੀਸੀ ਮੇਰੇ ਪੰਜਾਬੀ, ਹਲੇ ਨਿਕਲਣੀ ਚੱਲ ਹਲੇ ਭਰੀ ਜਾਣੇ, ਜਿੰਨੇ ਕੁ ਤੱਕ ਜਾਈ ਗਿਆ ਸਾਈਡ ਐਂਡ ਉਹਨਾਂ ਲੱਗ ਗਿਆ, ਉਦੋਂ ਹਟਣਾ ਕਰਕੇ ਗਿਆ, ਇਹ ਟਰਾਲੀ ਬਹੁਤ ਭਰਦੀ ਆ, ਨਜ਼ਾਰਾ ਰਹਿੰਦਾ ਹੈ ਕੰਮ ਛੇਤੀ ਨਿਪੜਦਾ, ਬੰਦੇ ਦਾ ਦੇਣੀ ਬਹੁਤ ਲਾ ਦਿੰਦੇ ਨੇ, ਕੱਢਦੇ ਕੱਢਦੇ
ਬੰਦੇ ਹੈਗੇ ਆ ਲਾਉਣਾ ਬੰਦਿਆਂ ਨੇ ਖੰਡਾਉਂਦੇ ਬੰਦੇ ਹੀ ਵਧੀਆ ਕਰਾਹ ਨਾਲ ਤਾਂ ਟੱਕਟਾਂ ਹੀ ਵੱਜਦੀਆਂ ਕਰਾਹ ਸੁਹਾਗੇ ਨਾਲ ਹੁਣ ਬਣ ਚੱਲੀ ਗੱਲ ਉਹ ਪਰ ਉਹ ਸਲਿੱਪ ਬਹੁਤ ਮਾਰਦਾ ਯਾਰ ਜੇ ਆ ਅੱਗੇ ਆ ਜਾਵੇ ਹੁਣ ਦੇਖਿਓ ਚੜ੍ਹਨਾ ਹੀ ਨਹੀਂ ਪਿਆ ਨਹੀਂ ਚੜ੍ਹਦਾ ਕਿਉਂਕਿ ਮੂਹਰੇ ਭਾਰ ਹੋ ਜਾਂਦਾ ਤੇ ਉਹ ਲੋਟਰ ਲਾ ਕੇ ਹੁਣ ਨਿਕਲੂਗਾ ਆਹ ਬੜਾ ਪੰਗਾ ਚੱਲ ਵੇਟ ਪਾਵਾਂਗੇ ਥੋੜ੍ਹਾ ਜਿਹਾ ਹੁਣ ਅੱਗੇ ਫਿਰ ਕੰਮ ਚਲਾਵਾਂਗੇ ਆਹ ਟੱਕਰ ਵੱਜਦੀ ਆ ਇਕੱਲੀ ਟਰੈਕਟਰ ਵਾਲੀ ਬੈਗ ਜੇ ਆਹੀ ਫੋਰ ਵੀਲ ਹੋਵੇ ਮੂਹਰੇ ਡੈਰਾਂ ਨੇ ਧੱਕੇ ਮਾਰਨਾ ਮੂਹਰੇ ਡੈਰ ਹੀ ਖੁੱਭਦੇ ਜਿਹੜੇ ਬਾਹਲਾ ਭਾਰ ਪੈਂਦੇ ਇਹਨਾਂ ਦੇ ਚੱਲ ਇਹਨੇ ਕੋਲ ਹੈਗਾ ਇੱਕ ਫੋਰ ਵੀਲ ਉਹ ਕਹਿੰਦਾ ਹੋਰ ਪਾਸੇ ਚੱਲਦਾ ਹੀ ਪੱਕਾ ਤਾਂ ਹੀ ਲਿਆ ਯਾਰ ਕੱਖ ਹੋ ਗਿਆ ਕੱਖ ਬਣਾਉਣਾ ਬੜਾ ਯਾਰ ਗੰਨੇ ਪੂਰੇ ਵਧੀਆ ਹੋ ਗਏ ਜਾਣੀ ਗੰਨੇ ਪੂਰੇ ਵਧੀਆ ਲੈ ਆਏ ਆ ਕਿ ਫੇਰ ਪਾਲੀਏ ਛੋਟਾ ਜਿਹਾ ਔਰ ਤੂੰ ਲਿਪੜ ਗਿਆ ਹਾਲੇ ਕੱਲ੍ਹ ਤਾਂ ਲੱਗਿਆ ਹੋਰ ਗੱਲਾਂ ਦੀਆਂ ਗੱਲਾਂ ਮੈਂ ਇੱਕ ਗੱਲ ਤੋਂ ਪਰਹੇਜ਼ ਪਾ ਲਿਆ ਅੱਗੇ ਨਾ ਆਦਤ ਹੁੰਦੀ ਸੀ ਊਂ ਹੀ ਬਸ ਆਦਤ ਵੀ ਕਾਹਦੀ ਆਦਤ ਕਹਿ ਲਓ ਵੀ ਟਰੈਕਟਰ ਆਏ ਜਿਵੇਂ ਹੌਲੀ ਸਪੀਡ ਆ ਜਦੋਂ ਆਲੂਆਂ ਦੇ ਟਰਾਲੀ ਭਰਦੇ ਹਾਂ ਉਦੋਂ ਵੀ ਅਤੇ ਆਹ ਹੁਣ ਵੀ ਜਿਵੇਂ ਰਿਹੋ ਆ ਹੌਲੀ ਚੱਲਦਾ ਟਰੈਕਟਰ ਤੋਂ ਛਾਲ ਮਾਰ ਕੇ ਥੱਲੇ ਉਤਰੇ ਨਾ ਅੱਗੇ ਚਲੇ ਜਾਣਾ ਵੀਡੀਓ ਬਣਾਉਣ ਲੱਗ ਜਾਣੇ ਵੀ ਹੌਲੀ ਹੌਲੀ ਜਾਂਦਾ ਮੋੜ ਦੇ ਜਾ ਕੇ ਫਿਰ ਚੜ੍ਹ ਜਾਂਗੇ ਪਰ ਜਦੋਂ ਦੇ ਆਹ ਟਾਇਰ ਨੇ ਮੇਰੇ ਨਾਲ ਕਾਰਾ ਕੀਤਾ ਹੁਣ ਕਹਿ ਚੱਲਦੇ ਤਾਂ ਨਹੀਂ ਉਤਰਦਾ ਮੈਂ ਬਾਕੀ ਤਾਂ ਡਰ ਲੱਗਦਾ ਯਾਰ ਹਾਲਾ ਹੋਰ ਕਿਸੇ ਗੱਲ ਤੋਂ ਨਹੀਂ ਪਰ ਘਰੇ ਪੈਣਾ ਬੜਾ ਔਖਾ ਇੱਕ 53 ਦਾ ਇੱਕ 68 ਆਹ ਵੀ 53 ਦੱਸ ਇਹ ਇੱਧਰ ਵੀ 53 ਦੱਸ ਨੰਬਰ ਵੀ 53 ਦੱਸ ਦੇਖਿਆ ਹੋਊ ਵੈਸੇ ਸਾਰਿਆਂ ਨੇ ਨਵਿਆਂ ਨੂੰ ਦਿਖਾ ਦਿੰਦੇ ਹਾਂ ਕੋਈ ਵੱਡੀ ਗੱਲ ਨਹੀਂ ਨੰਬਰਾਂ ਦੇ ਬਾਹਲੇ ਪੈਰੀਆਂ ਜੇ ਕਿਸੇ ਨੇ ਨਾ ਦੇਖਿਆ ਹੋਵੇ ਆਹ ਦੇਖ ਸਕਦਾ 53 ਦੱਸ ਵਾਹ ਜੀ ਵਾਹ ਟਰਾਲੀ ਦੂਜੀ ਇੱਕ ਆਹ ਭਰ ਲੈਂਦੇ ਅੜੀ ਆਹ ਲੱਗਿਆ ਹਾਂ ਇਦੂ ਬਾਅਦ ਪਿੱਛੇ ਵੇਟ ਜੇ ਟੰਗ ਦਾਂਗੇ ਧੱਕੇ ਧੁੱਕੇ ਨਾਲ ਅਸੀਂ ਟੰਗ ਦਿੰਦੇ ਹੁੰਦੇ ਹਾਂ ਪਿਛਲੀ ਵਾਰ ਟੰਗਦੇ ਸੀ ਫਿਰ ਥੋੜ੍ਹੇ ਸਲਿੱਪ ਘੱਟ ਜਾਂਦੇ ਆ ਕਾਫੀ ਵੇਟ ਹੋ ਜਾਂਦਾ ਉਹ ਵੀ ਇਹ ਵਾਲਾ ਵਿੱਚੋਂ ਨਿਕਲਣੇ ਟੋਆ ਆਉਣਾ ਅੰਦਰ ਉੱਥੋਂ ਫਿਰ ਨਿਕਲਦਾ ਔਖਾ ਕਰਦਾ ਟਰੈਕਟਰ ਮੂਹਰੇ ਟਾਇਰੇ ਖੋਵੇ ਨਹੀਂ ਹੈਗੇ ਹਲੇ ਤਾਂ ਮੂਹਰੇ ਟਾਇਰ ਖੋ ਜਾਂਦੇ ਆ ਉੱਥੇ ਜਾ ਕੇ ਫਿਰ ਪਿਛਲੇ ਸਲਿੱਪ ਮਾਰਨ ਲੱਗ ਜਾਂਦੇ ਆਦੇ ਹਾਂ ਕਹਿੰਦਾ ਜੇ ਟੋਆ ਨਾ ਹੋਵੇ ਫਿਰ ਜਮ੍ਹਾਂ ਨਹੀਂ ਕਰਦਾ ਕਿਉਂਕਿ ਸਿੱਧਾ ਹੀ ਆਉਣਾ ਟਰੈਕਟਰ ਨੇ ਸਿੱਧਾ ਹੀ ਵਾਪਸ ਆ ਜਾਣਾ ਉਹ ਵੀ ਗੱਲ ਠੀਕ ਆ ਪਰ ਟੋਏ ਜ਼ਿਆਦਾਤਰ ਗੜੇ ਟੋਏ 'ਚ ਹੀ ਹੁੰਦੇ ਹਨ ਵਾਹ ਵੀ ਬਾਹਰ ਨਿਕਲਿਆ ਹੁਣ ਫਿਰ ਖੱਜਲ ਕਰਨ ਲੱਗ ਗਿਆ ਪਹਿਲਾਂ ਧੁੱਪ ਲੱਗ ਗਈ ਸੀ ਗੇੜਾ ਕੱਢਣ ਗਿਆ ਜਦੋਂ ਥੱਲੇ ਹੁਣ ਮੂਹਰੇ ਡੈਰ ਫਿਰ ਖੋਵਣ ਲੱਗ ਜਾਂਦੇ ਆ ਫਿਰ ਖੋਵਣ ਲੱਗ ਜਾਂਦਾ ਚੱਲ ਇਹ ਵੀ ਹੋ ਜੂਗਾ ਗੱਲ ਕੀ ਉਹ ਪਈਆਂ ਨੇ ਪਲੇਟਾਂ ਦੋ ਇੱਧਰ ਅਤੇ ਦੋ ਆਹ ਪਈਆਂ ਇਹਨਾਂ ਦਾ ਹੁਣ ਫਾਇਦਾ ਲਵਾਂਗੇ ਵਧੀਆ ਰਹਿ ਗਏ ਨਾ ਕਸੀਆਂ ਨਹੀਂ ਅੱਜ ਲੋੜ ਪੈਣੀ ਸੀ ਇਹਨਾਂ ਦੀ ਮੈਂ ਤਾਂ ਚੱਕਣੀਆਂ ਨਹੀਂ ਹੈਗੀਆਂ
ਮੇਰਾ ਸਾਹ ਬਣ ਕੇ ਸਾਈਡ ਤੇ ਖੜਿਆ ਨਾ ਉਹਨਾਂ, ਕਿਉਂਕਿ ਢੂਹੀ ਦਾ ਕੰਮ ਹੋਇਆ ਕਰਕੇ। ਚਾਰ ਹੀ ਪਲੇਟਾਂ ਲੰਘਦੀਆਂ ਪਿੱਛੇ, ਬਹੁਤ ਆ ਰਹੇ। ਹੁਣ ਸਲਿੱਪ ਮਾਰਨ ਨੂੰ ਘੱਟ ਗਿਆ, ਅੱਗੇ ਤੁਰਦਾ ਨਹੀਂ ਸੀ, ਬੈਗ ਖਾਲੀ ਕਰਕੇ ਲਿਆਉਣਾ ਪਿਆ, ਹੁਣ ਆਉਣ ਲੱਗ ਗਿਆ। ਫਿਰ ਵੀ ਧੱਕੇ ਧੁੱਕੇ ਨਾਲ ਫਰਕ ਪੈ ਜਾਂਦਾ ਪਲੇਟਾਂ ਨਾਲ, ਪਿੱਛੇ ਵੇਟ ਹੋ ਗਿਆ। ਫਿਰ ਵੀ ਆ ਵੀ ਭਰ ਗਈ, ਹੁਣ ਤੱਕ ਤਾਂ ਲੋਅ ਵਗ ਰਹੀ ਸੀ, ਹਨੇਰੀ ਚੱਲਦੀ ਸੀ, ਆਹ ਗਰਮ ਗਰਮ ਹਵਾ ਚੱਲਦੀ, ਬੱਦਲ ਜਿਹਾ ਉੱਠਿਆ ਟਿਕ ਗਈ ਉਹਦੇ, ਯਾਨੀ ਉੱਠੇ ਆ ਥੋੜ੍ਹਾ ਜਿਹਾ, ਸੂਰਜ ਜਿਹਾ ਢਲਿਆ ਲੱਗਦਾ, ਨਜ਼ਾਰਾ ਹੀ ਆ ਜੀ, ਮੀਂਹ ਆ ਜਾਂਦਾ, ਹਨੇਰ ਤਾਂ ਆ ਗਿਆ, ਉਹਦੇ ਆ ਗਿਆ ਆ ਗਿਆ ਆ ਗਿਆ, ਉਹ ਵੀ ਆ ਗਿਆ। ਰੇਤੇ ਉੱਡ ਉੱਡ ਪੈਣਾ ਸਾਡੇ, ਇੱਥੇ ਰੇਤਾ ਜਾਂ ਫੈਕਟਰੀ ਜੀ ਬਣੀ ਇੰਟਰਲੋਕ ਦੀ, ਰੇਤੇ ਰੇਤਾ ਉਹਦੇ ਉੱਡਣ ਲੱਗ ਗਿਆ, ਮੀਂਹ ਆ ਜੀ ਬਣਾ ਨਜ਼ਾਰਾ ਹੀ ਆ ਜੀ। ਹੁਣ ਨਾ ਪੂਰਾ ਥੱਲੀ ਬਖਸ਼ ਕੰਮ ਹੋ ਗਿਆ, ਹੁਣ ਤੈਨੂੰ ਟੋਆ ਦਿਖਾਉਣਾ, ਕਹਿੰਦਾ ਪਹਿਲਾਂ ਕਿੰਨਾ ਕੁ ਸੀ ਉਹਦੇ, ਹੁਣ ਦੇਖੋ ਰੇਟਰ ਕਿੱਥੋਂ ਭਰ ਕੇ ਲੈ ਕੇ ਆਇਆ ਜਾ, ਹੁਣ ਪਿੱਛੇ ਹੋ ਗਿਆ ਵੇਟ ਹੈ ਨਾ, ਅਤੇ ਵੇਟ ਦਾ ਯਾਰ ਬਾਹਲਾ ਫਰਕ ਆ ਹਰ ਇੱਕ ਚੀਜ਼ ਦੇ ਵਿੱਚ। ਆਹ ਵਧੀਆ ਨੇ ਚਾਰ ਕੁ ਪਲੇਟਾਂ ਆਪਣੇ ਕੋਲ, ਆਲੂ ਬੀਜਣੇ ਆ ਟਰੈਕਟਰ ਮੂਹਰੇ ਤਾਂ ਡੰਗ ਲੈਂਦੀਆਂ, ਪੱਟਣ ਲੱਗੇ ਤਾਂ ਡੰਗ ਲੈਂਦੀਆਂ, ਇਹਦਾ ਸਾਰੇ ਜਾਣਾ ਚਾਹੁਣੀ ਹਰਦਾ, ਆਈ ਜਿਹੜੇ ਲੋੜ ਹੁੰਦੀ ਆ ਡੰਗ ਲਈਦੀ, ਹੁਣ ਇੱਥੇ ਫਿਰ ਖਿਜਲਾਉਣਾ ਸੀ, ਆਹ ਹੁਣ ਨਾ ਖੜ ਜਾਵੇ, ਹੁਣ ਮੂਹਰੇ ਡੈਰ ਫਿਰ ਖੋ ਗਿਆ ਦੇਖਿਓ। ਅੱਗੇ ਹੀ ਕਰਦਾ ਜੀ ਸਲਿੱਪ ਮਾਰ ਕੇ, ਉੱਥੇ ਬਹਿ ਜਾਂਦਾ ਜੀ, ਹੁਣ ਸਲਿੱਪ ਮਾਰ ਕੇ ਨਿਕਲਿਆ ਉਦੋਂ ਨਾਲ ਹੀ, ਬਾਹਲਾ ਖੱਜਲ ਕਰਨ ਲੱਗ ਗਈ। ਪਲੇਟਾਂ ਪਈਆਂ ਹੁਣ ਕੋਲੇ, ਬੰਨਾ ਹੀ ਵਾਲੇ ਗੱਲਾਂ ਹੀ ਕਰਦੇ ਸੀਗੇ ਵੀ ਹੁਣ ਵੇਟ ਹੋ ਗਿਆ ਵੇਟ ਹੋ ਗਿਆ, ਟੋਚਨ ਪਾਉਣਾ ਪੈ ਗਿਆ, ਬਾਹਲਾ ਬਹਿ ਗਿਆ ਇੱਕ ਪਾਸਾ, ਉਹ ਪਰੇ ਨਾਲ ਖਾਊ ਗਿਆ ਸਲਿੱਪ ਜੇ ਵੱਜ ਕੇ, ਉੱਥੇ ਬਹਿ ਗਿਆ ਪਰਲੇ ਪਾਸੇ ਜਮਾਂ ਨਾਲੀ ਦੇ ਨਾਲ। ਆਹ ਕੁਛ ਵੀ ਨਹੀਂ, ਇਹਦਾ ਚਾਹੇ ਬੰਦੇ ਫੜ ਕੇ ਖਿੱਚ ਲੈਣਾ ਟਰੈਕਟਰ ਦੇ ਪਿਛਲੇ ਟਾਇਰ ਹੀ ਫਰੀ ਹੋ ਜਾਂਦੇ ਆ, ਜਦੋਂ ਮੂਹਰੇ ਵੇਟ ਚਲਿਆ ਗਿਆ ਪਿੱਛੇ ਹੈਗਾ ਵੀ ਆ ਭਾਰ, ਟਾਇਰ ਫਰੀ ਜੇ ਹੋ ਗਏ, ਉਈ ਸਲਿੱਪ ਮਾਰੀ ਜਾਂਦੇ ਆ। ਅੰਦਰ ਦਾ ਕਿਹੜਾ ਗੇਅਰ ਸੀਗਾ ਇੱਧਰ, ਆਹ ਦੂਜਾ ਲੋਹ 'ਚ ਪਾਇਆ ਸੀ ਬਿਨਾਂ ਰੇਸ ਤੋਂ, ਜਮਾਂ ਸਲਿੱਪ ਮਾਰੇ ਆ, ਨਾ ਲੋਡ ਲਿਆ, ਉਵੇਂ ਜਿਹਾ ਪੱਟ ਕੇ ਪਿਆਰ ਜਿਹਨਾਂ ਨੂੰ ਮੁੜੀਆਂ ਗੁੱਲਿਆ ਆ, ਮਗਰ ਇਹ ਭਾਰ ਆ ਸਲਿੱਪ ਨਹੀਂ ਮਾਰਦਾ, ਸਲਿੱਪ ਮਾਰਦਾ ਉਹ ਨਹੀਂ ਚੱਕਰ ਕੋਈ, ਗਿੱਲਾ ਚੀਕ ਨਹੀਂ ਵੀ ਆ ਥੱਲੇ, ਹੈ ਨਾ ਦਿੱਕਤ ਕਿਹੜਾ ਕਿ ਇੱਕ ਅੱਧੀ ਪੈਂਦੀ ਆ। ਹੁਣ ਇਹਨੂੰ ਇੱਥੇ ਖੜਾ ਲੈਣਾ ਟੋਜਨ ਪਾ ਕੇ, ਜਦੋਂ ਖਾਓਗੇ ਆ ਕੇ ਨਾਲ ਹੀ ਟੋਜਨ ਪਾ ਲਾ, ਗੱਲ ਹੀ ਨਿਬੇੜ ਆ ਪਿਆ ਸੰਗਲ ਜਿਹਾ, ਬਸ ਵੈਰੀ ਗੁੱਡ, ਐਂ ਮਾਰਦਾ ਜਾਂਦਾ ਛੱਲੇ, ਆਹ ਮੁੰਡਾ ਆਪ ਹੀ ਚਲਿਆ ਗਿਆ, ਕਿਹੜਾ ਕੱਢਣਾ ਆਇਆ ਫਿਰ ਥੱਲੇ ਨਾ ਯਾਰ, ਪਾਣੀ ਟੁੱਟਿਆ ਹੋਇਆ, ਵੇਟ ਵੀ ਸਾਰਾ ਕੁਛ ਇਸ ਵਾਰ ਓਕੇ ਹੋ ਗਏ ਕੰਮ, ਸਲਿੱਪ ਨਹੀਂ ਮਾਰਨ ਨੂੰ ਹਟ ਗਿਆ ਸੀਗਾ, ਇੱਧਰੋਂ ਨਾਲੀ ਦਾ ਥੱਲੋਂ ਪਾਣੀ ਚਲਿਆ ਗਿਆ ਥੱਲੇ, ਉਹ ਟਰੈਕਟਰ ਸਲਿੱਪ ਹੀ ਮਾਰੀ ਜਾਂਦਾ, ਹੁਣ ਫਾਰਮ ਟਰੈਕ ਪੱਕਾ ਹੀ ਟੋਜਨ ਪਾਲਿਆ ਹੋਇਆ, ਤਾਂ ਹੀ ਗਲਿੱਪ ਗਲੁੱਪ ਨਹੀਂ ਬਣੀ, ਪੱਕਾ ਹੀ ਟੋਜਨ ਪਾਲਿਆ ਉਹਦੇ ਨਾਲ, ਉਹ ਪੱਕਾ ਹੀ ਚੱਲੀ ਜਾਂਦਾ, ਬਸ ਨਾਲ ਹੀ ਬੈਗ ਨਾਲ ਹੀ ਹੈਗਾ, ਚੌਕ ਰੇਸ ਦੀ ਗੱਡੀ ਜਾਂਦਾ, ਨਾ ਉਹਦੀ ਰੇਸ ਦੇਣ ਦੀ ਲੋੜ ਪੈਂਦੀ, ਉਹੀ ਪੱਟੀ ਜਾਂਦਾ। ਮੈਂ ਘਰੇ ਪਾਣੀ ਪੂਣੀ ਪੀਣਾ ਗਾ, ਉਹ ਕਹਿੰਦਾ ਮੈਂ ਲਾਇਆ ਉਹਨਾਂ ਟਰਾਲੀ, ਮੈਂ ਕਿਹਾ ਚੱਲ ਕੱਢਿਆ ਕਿਹੜਾ, ਕਿਆ ਬਾਤ ਭਰਾਓ, ਪਤਾ ਨਹੀਂ ਗਰਮੀ ਹੈ ਹੀ ਵਾਲੀ ਆ, ਪਤਾ ਨਹੀਂ ਮੈਨੂੰ ਵਾਲੀ ਲੱਗਦੀ ਆ, ਦਵਾਈਆਂ ਗਰਮ ਸੀ ਮੈਂ ਲਾਉਣਾ ਦੱਸ ਗਿਆ, ਗਰਮੀ ਵਾਲੀ ਲੱਗਦੀ ਆ, ਸਿਰ ਧੋ ਗਏ ਆ, ਦਿਮਾਗ ਰੇਡੀਏਟਰ ਗਰਮ ਹੋ ਗਏ, ਮੈਂ ਕਿਹਾ ਚੱਲ ਠੰਡਾ ਪਾਣੀ ਪਾ ਕੇ ਰੇਡੀਏਟਰ ਠੰਡਾ ਕੀਤਾ, ਗੱਡੀ ਨਾ ਗਰਮ ਹੋ ਜਾਵੇ, ਕਿੱਥੇ ਕੁ ਲੱਗੇ ਹੋਏ ਆ, ਉਹ ਲੈ ਬਈ ਹੋ ਗਈ ਖਾਲੀ ਟਰਾਲੀ ਤਾਂ, ਗਿਆ ਬੰਦੇ ਵਿੱਚੋਂ ਕੱਟੂ ਟਰਾਲੀ ਹੁਣ
ਜਲੰਧਰ ਦੀ ਇੱਕ ਹੋਰ ਆਈਟਮ ਆ, ਉਹ ਟਰੈਕਟਰ ਬੰਦ ਨਹੀਂ ਕਰਦਾ, ਸਟਾਰਟ ਹੀ ਆ ਕਹਿੰਦਾ, ਸੈਲਫ ਨਹੀਂ ਚੱਕਦਾ ਕਈ ਵਾਰੀ। ਪਾਣੀ ਦੀ ਬੋਤਲ ਭਰ ਕੇ ਲੈ ਕੇ ਆਵਾਂਗੇ, ਰੇਡੀਏਟਰ 'ਚ ਪਾਉਣੀ ਪੈ ਗਈ ਦੁਬਾਰੇ, ਠੰਡਾ ਠੰਡਾ ਪਾਣੀ। ਉਹ ਟਰੈਕਟਰ ਮੇਰਾ ਸਟਾਰਟ ਹੀ ਆ ਕਹਿੰਦਾ, ਐਂ ਖੜੂ, ਸੈਲਫ ਨਹੀਂ ਚੱਕਦਾ, ਕਦੇ ਕਦੇ ਫਿਰ ਸਟਾਰਟ ਹੀ ਛੱਡ ਦਿੰਦਾ। ਆਹ ਵੀ ਇੱਧਰ ਪੂਰਾ ਪੂਰਾ ਖੜਦਾ, ਜੇ ਇਹਦੇ ਅੱਗੇ ਜੇ ਜਗ੍ਹਾ ਹੋਵੇ ਫਿਰ ਤਾਂ ਉਹ ਕਰ ਲਈਏ। ਉਹ ਆ ਗਿਆ ਟਰੈਕਟਰ, ਫਿਰ ਤਾਂ ਇਹਦੇ ਨਾਲ ਡੋਜਨ ਪਾ ਕੇ ਸਟਾਰਟ ਕਰ ਲਿਆ, ਡੋਜਨ ਦਾ ਪਿਆ ਹੀ ਹੋਇਆ, ਇਹ ਪੂਰੀ ਪੂਰੀ ਜਗ੍ਹਾ 'ਤੇ ਖੜਦਾ। ਅੱਜ ਆ ਸਾਰੀਆਂ ਪਲੇਟਾਂ ਪਲੂਟਾਂ ਫੇਲ ਕਰਤੀਆਂ, ਵੇਟ ਨੇ ਵੀ ਅੱਜ ਕਹੋ ਨਹੀਂ ਕਰਿਆ। ਹੁਣ ਫੋਰ ਵੀਲ ਕੀਤਾ ਹੋਇਆ ਟਰੈਕਟਰ, ਇਹਦੇ ਨਾਲ ਦੋ ਚੱਕੇ ਆ ਜੋਰ ਮਾਰਦੇ, ਦੋ ਆਹ ਮਾਰਦੇ ਆ ਫਿਰ ਨਿਕਲਦਾ। ਆਪਾਂ ਕਰ ਲਾਂ ਡੋਜਨ ਟਾਇਟ, ਚਲੋ ਜੀ ਆਹ ਬਣਿਆ ਬੁਲਿਆ ਪੱਖੋਂ ਪਤਾ ਉਵੇਂ ਹੀ ਆ ਜਾਂਦਾ, ਕਿਉਂਕਿ ਇਹ ਕਿਹੜਾ ਲਾਉਣਾ ਪਿਆ, ਰਹਿਣ ਦੇ ਵਧੀਆ ਸਲੈਪ ਘੱਟ ਮਾਰਦਾ, ਮਤਲਬ ਤਾਂ ਐ ਨੀ ਕਿ ਬੇਟਾ ਨਾ। ਆਹ ਸਟੀਅਰਿੰਗ ਸਿੱਧਾ ਹੀ ਹੈ, ਸਿੱਧਾ ਹੀ ਐਂ ਬੈਕ ਚਲੇ ਜਾਂਦਾ, ਦੋ ਵਾਰ ਬੈਕ ਜਾਣਾ ਉੱਧਰ ਲਾ ਦੀ। ਇੰਨਾ ਇੱਥੇ ਨਾ ਫ੍ਰੀ ਚੱਲਦਾ ਟਰੈਕਟਰ, ਬਹੁਤ ਜਦੋਂ ਲਿਆਉਣਾ ਵਾ ਉਦੋਂ ਜੋ ਲੱਗਣਾ ਸਿੰਗਲ ਢਲਾ ਹੀ ਜਾਂਦਾ, ਬਸ ਇੱਥੋਂ ਇਹਨੇ ਭਰ ਲੈਣਾ। ਬਸ ਇਹ ਡਿਊਟੀ ਲੱਗੀ ਹੋਈ ਆਪਣੀ ਅੱਜ, ਥੱਲੇ ਹੁਣ ਇਸ ਤੋਂ ਬਾਅਦ ਲੈਟ ਸੈੱਟ ਹੋ ਜੂਗਾ, ਹੁਣ ਤਾਂ ਧੁੱਪ ਹੀ ਲੱਗਣ ਲੱਗ ਗਈ, ਇਸ ਤੋਂ ਬਾਅਦ ਸੈੱਟ ਹੋ ਜੂ, ਪਹਿਲਾਂ ਬੜਾ ਜ਼ਿਆਦਾ ਹੋ ਜਾਵੇ, ਪਹਿਲਾਂ ਬੜਾ ਜ਼ਿਆਦਾ ਹੋ ਜੂਗਾ, ਚੱਕਰ ਜਿਹਾ ਹੁਣ ਹਵਾ ਹਵਾ ਹੀ ਲੱਗ ਗਈ, ਹੁਣ ਇਹਨੇ ਨਿਕਲਣ ਲੱਗ ਜਾਣਾ ਆਪੇ, ਇਸ ਤੋਂ ਬਾਅਦ ਸਪੀਡ ਨਾਲ ਨਿਕਲ ਜੂ, ਪਹਿਲਾਂ ਜਮਾਂ ਉੱਤੇ ਸੀ, ਮੈਂ ਸਮਝ ਰਿਹਾ, ਮੈਨੂੰ ਸਮਝਾ ਨਹੀਂ ਰਿਹਾ, ਸਮਝਾਉਣਾ ਨਹੀਂ ਆ ਰਿਹਾ ਮੈਨੂੰ, ਚਲੋ ਚੱਲੀ ਜਾਂਦਾ ਕੰਮ ਦਾ। ਜਾਣੀ ਇਹ ਹਿਸਾਬ ਲਾ ਲਓ ਵੀ 10 ਮਿੰਟਾਂ ਦੇ ਅੰਦਰ ਟਰਾਲੀ ਭਰ ਜਾਂਦੀ ਹੈ, 10 ਮਿੰਟ ਦੇ ਆਸ ਪਾਸ ਜੇ ਲਾ ਲਓ ਤੁਸੀਂ, ਅਤੇ ਲਾਹੌਣ ਨੂੰ ਹਲੇ ਵੱਧ ਟਾਈਮ ਲੱਗਦਾ, ਲਾਹੌਣ ਨੂੰ 15 ਮਿੰਟ ਤੋਂ ਟੱਪ ਵੀ ਜਾਂਦੇ, ਅਤੇ ਨਾਲੇ ਭਰਦੀ ਪੂਰੀ ਠੋਕ ਗਿਆ ਟਰਾਲੀ, 5 ਟਰਾਲੀਆਂ ਹੋ ਗਈਆਂ, 5 ਵੀ ਆ ਜਾਣੀਆਂ, ਗਰਮੀ ਦੇ ਵਿੱਚ ਚੱਲੀ ਜਾਂਦਾ ਕੰਮ। ਸੱਤਵੀਂ ਖਣੀ 8ਵੀਂ ਟਰਾਲੀ ਆ, ਆ ਹੁਣ ਸੰਗਲ ਕੱਢਿਆ ਹੁਣੀ ਹਲੇ, ਉਹ ਟੰਗਿਆ ਪਿਆ ਪਿੱਛੇ ਉਹਦੇ, ਹੁਣ ਟਰੈਕਟਰ ਦੇਖਿਆ ਹੀ ਤੁਰਿਆ ਆਇਆ ਵਾ, ਇੱਕ ਵਾਰ ਆਪੀ ਕਹਿੰਦਾ ਇੱਕ ਵਾਰ ਟਰਾਈ ਕਰ ਲੈਣਾ ਵੀ ਜਿਹਦਾ ਤੁਰ ਪਿਆ, ਹੁਣ ਧੁੱਪ ਧੁੱਪ ਲੱਗ ਜਾਂਦੇ ਥੱਲੇ ਸੁੱਕ ਗਿਆ, ਪਹਿਲਾਂ ਹੁਣ ਇੱਕ ਆਇਆ ਸਲੋਪ ਬਹੁਤ ਲੰਬੀ ਬਣ ਗਈ ਉਹਦੇ, ਭਾਈ ਭੱਜ ਕੇ ਚੜ ਜੂ, ਉਹ ਤਾਂ ਚਾਹੇ ਨਾ ਖੋਬਦਾ ਆਏ ਨਾ ਖਵਾ ਲਓ, ਇਹ ਆ ਸਾਫ ਕਰਦਾ ਲੈ ਗਿਆ, ਮੈਨੂੰ ਉਮੀਦ ਨਹੀਂ ਵੀ ਨਿਕਲੂ, ਕਿ ਨਿਕਲਿਆ ਉਹ ਦਿਖਾ ਦੇ ਮਿੰਦਰਾ ਜ਼ੋਰ ਆਪਦਾ ਮਿੰਦਰਾ ਜੀ, ਇੱਕੜਾ ਡਿਫੈਂਸ ਯਾਰ ਇਹਦਾ ਟਾਇਰ ਬਾਹਲੇ ਉਹ ਕਿਤੇ ਉੱਤਰ ਗਿਆ, ਰੋਕਲਾ 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 ਰੋਕਲਾ, ਗਲਤ ਪਾਸੇ ਚਲਾ ਗਿਆ ਟਰੈਕਟਰ ਤੇਰਾ, ਜਿਹੜਾ ਇੱਧਰ ਨੂੰ ਆ ਗਿਆ ਤਾਂ ਚੜ੍ਹ ਜੂ, ਜੇ ਪਰੇ ਗਿਆ ਤਾਂ ਖੋ ਗਿਆ, ਲਿਆ ਵੀ ਟੋਚਨ ਹੁਣੀ ਹਲਿਆ ਕੱਢਿਆ ਹੀ ਆ, ਆਹ ਹੁਣੀ ਕੱਢ ਕੇ ਰੁਕਿਆ ਆਪੇ, ਵਾਹ
ਜਾਵਾ ਤੇਰੇ ਆਈ ਖਿੱਚ ਕੇ ਘੁੰਮਦੀ ਸੁੰਦਰ ਦਾ ਮਗਲ ਡੈਰ ਤਾਂ ਵੀਹ ਚੱਲਦੇ ਇੱਕ ਤਰ੍ਹਾਂ ਦੇਖੀ ਉਹ ਭਰਾਵਾ ਆਏ ਨਾ ਘੁਮਾਲੀ ਕਿਸੇ ਪਾਸੇ ਨਿਕਲਣਾ ਵੀ ਨਹੀਂ ਉਹ ਵਾਹ ਇਹਨੂੰ ਮਹਿੰਦਰਾ ਕਹਿੰਦੇ ਆ ਇਹਦੇ ਪਿਛਲੀ ਵਾਰ ਨਾ ਟਾਇਰ ਉਹ ਤੁਹਾਡੀ ਸਿੱਧਾ ਸਿੱਧਾ ਵੀ ਬਹਿ ਗਿਆ ਇਹਦੇ ਪਿਛਲੀ ਵਾਰ ਟਾਇਰ ਪੁੱਠੇ ਪਾਏ ਹੋਏ ਬੈਕ ਕਰੂ ਮੂੰਹ ਕਰਕੇ ਇਸ ਵਾਰ ਸਿੱਧੇ ਪਾਏ ਹੋਏ ਆ ਉਹ ਜਾ ਕੇ ਬੋਲੇ ਕਰੂ ਚਲੋ ਟੋਆ ਵਾ ਮੇਨ ਗੱਲ ਹੁਣ ਉਹ ਗੱਡੀ ਨੂੰ ਪਾ ਹੀ ਲੈਂਦੇ ਹਾਂ ਓਕੇ ਹੁੰਦੇ ਹਾਂ ਬਈ ਡੂੰਘਾ ਵੀ ਦੇਖੋ ਕਿੰਨਾ ਯਾਰ ਟੋਆ ਉਹਦੇ ਉੱਪਰ ਡਾਢੇ ਦਾ ਰੁਕਦਾ ਇੱਕ ਪਰੇ ਨੂੰ ਸਲੋ ਬਹੁਤ ਉੱਧਰੋਂ ਨੀਵਾਂ ਬੜਾ ਟਰੈਕਟਰ ਉੱਧਰ ਨੂੰ ਭੱਜਦਾ ਏ ਉਹ ਡਿਫੈਂਸ ਲਾ ਲਿਆ ਕਰ ਡਿਫੈਂਸ ਹੀ ਹੁੰਦਾ ਡਿਫੈਂਸ ਲਾ ਬੜਾ ਇਕੱਲਾ ਇੱਕ ਡਰ ਤੱਕ ਮਰ ਜਾਂਦਾ ਨੱਪ ਲਿਆ ਸ਼ਾਬਾ ਤੇਰੇ ਮੈਂ ਹੀ ਡੀਕ ਰਿਹਾ ਵੀ ਕਦੋਂ ਉਹ ਘੱਟੋ ਚ ਨਪਾਲ ਹੋ ਰਹੇ ਬਾਸੀ ਨੀ ਪਿਛਲੇ ਡੈਰਾਂ ਦੇ ਭਾਰ ਹੀ ਹੈ ਨੀ ਟਰੈਕਟਰ ਦੇ ਹੱਥ ਬਾਸੀ ਨੀ ਫੋਰ ਵੀਲ ਕਰਨਾ ਪੈਣਾ ਝੋਟੇ ਨਾਲ ਸੱਠ ਨਾਲ ਘੁਮਾਊ ਹੁਣ ਦੋ ਮਿੰਟ ਟੱਕਰਾਂ ਮਾਰ ਲੈਣ ਦਾ ਆਪਾਂ ਸਾਹ ਲੈ ਲੈਂਦੇ ਸਾਢੇ ਕੁ ਸੱਤ ਟਰਾਲੀਆਂ ਪੈ ਗਈਆਂ ਅੱਧੀ ਕੁ ਬਚ ਗਈ ਅੱਧੀ ਕੁ ਪਰੇ ਲਾ ਦੇਣੀਆਂ ਹੋਰ ਚ ਫਿਰ ਹੋਰ ਖੇਤੀ ਸ਼ੁਰੂ ਕਰ ਲਾਂਗੇ ਟਾਈਮ ਵੀ 6 ਹੀ ਵੱਜ ਗਏ ਆਹ ਦੇ ਮੱਕੀ ਉਹ ਅੱਧ ਜਦ ਜੀ ਅਚਾਰ ਨੂੰ ਬੜੀ ਬੀਜੀ ਸੀ ਸਾਡੇ ਏਰੀਆ 'ਚ ਕਿਆ ਨਵੀਂ ਫੈਕਟਰੀ ਖੁੱਲ੍ਹੀ ਗਈ ਬੇਰਵਾ ਕਰਨ ਲੱਗਿਆ ਹੈਂ ਪੱਕਣੀਆਂ ਕਿਵੇਂ ਅੱਛਾ ਅਸੀਂ ਤਾਂ ਯਾਰ ਪੱਕੀਆਂ ਉਈ ਟੁੱਟੀ ਜਾਂਦੀਆਂ ਇਹ ਟਾਈਮ ਹੋ ਗਿਆ 7:30 ਸਾਡਾ ਘੰਟਾ ਹੀ ਮਰ ਗਿਆ ਮੈਂ ਕਹਿੰਦਾ ਉਹਦਾ ਟਰੈਕਟਰ ਆ ਸੀਗਾ ਰੇਡੀਏਟਰ ਨਾ ਪਾਣੀ ਜਿਹਾ ਮਾਰ ਗਈ ਉਹ ਐ ਮਸੀਲ ਵਗੈਰਾ ਲਾ ਕੇ ਸੁਕਾਉਣ ਲੱਗ ਗਏ ਅਸੀਂ ਅਤੇ ਉਹਦੇ ਟਾਈਮ ਨਿਕਲ ਗਿਆ ਕਾਫੀ 7:30 ਹੋ ਚੁੱਕਿਆ ਮੇਰੇ ਵੀਰੇ ਉਹਨੇ ਭਾਣਾ ਨਹੀਂ ਕੰਮ ਅੱਜ ਕਿਉਂਕਿ ਆਏ ਵੀ ਲੇਟ ਹੀ ਥੋੜ੍ਹਾ ਜਿਹਾ ਇਹ ਆਏ ਵੀ ਲੇਟ ਹੀ ਸੀਗੇ ਹਲੇ ਰਹਿ ਜਾਣੀਆਂ ਰੂੜੀ ਨੰਬਰ ਕਹਿੰਦਾ ਮੈਂ ਵੀ ਕੱਢਣੀ ਆ ਕੱਲ੍ਹ ਨੂੰ ਮੈਨੂੰ ਵੀ ਆ ਮਸ਼ੀਨ ਜੀ ਮਿਲ ਜੂ ਕਹਿੰਦਾ ਚੱਲ ਆਪਣੀ ਵੀ ਰਹਿ ਜਾਣੀ ਆ ਪਰ ਇਹਨੂੰ ਖੜਾ ਕੇ ਜਾਣਾ ਪੈਣਾ ਇੱਥੇ ਕੱਲ੍ਹ ਨੂੰ ਉਹ ਟਰੈਕਟਰ ਆ ਬੰਦੇ ਦੇ ਆਪ ਚਲੇ ਜਾਊ ਆਉਂਦੀ ਆ ਭਰੀ ਉੜੀ ਮੇਰੇ ਵੀਰੇ ਉਹ ਕਿਹੜੀ ਦੇਖੇ ਹੁੰਦੀ ਮੰਮੀ ਲਾਹਤੀ ਹੈ ਹੌਲੀ ਕਰੀਏ ਯਾਰ ਰੂੜੀ ਪਰ ਖੇਤ 'ਚ ਹੀ ਲਾਉਣੀ ਹੈ ਰੂੜੀ ਤਾਂ ਹਵਾ ਵਾਲੀ ਚੱਲਦੀ ਆ ਛੱਲੇ ਨਹੀਂ ਕੱਢਣੇ ਇਹਨੇ ਹਾਏ ਹਾਏ ਵੀਡੀਓ ਲੇਟ ਹੋ ਗਿਆ ਬੰਦਾ ਹੀ ਭੱਜ ਲਿਆ ਸੀ ਬਸ ਖੋ ਗਿਆ ਸੀ ਨਾਲੀ ਮਾਰ ਕੇ ਛੋਟਾ ਕਾ ਦੇਣਾ ਐਂ ਆ ਦੇ ਇੱਥੇ ਵੀ ਟੋਆ ਜਿਹਾ ਪੱਟ ਰਿਹਾ ਐਂ ਟੋਏ ਜਿਹਾ ਪੜਦਾ ਜੀ ਪੜਦੀ ਟਰਾਲੀ ਪੋਲਾ ਬਣਾ ਕੇ ਪੁੱਟ ਗਿਆ ਮੋੜਨ ਲੱਗਿਆ ਟੋਆ ਹੁਣ ਤਾਂ ਮੈਂ ਨਾਗਵਲ 'ਚ ਹੀ ਬਣਾਈ ਜਾਂਦਾ ਉਹ ਜਗ੍ਹਾ ਦਾ ਪਤਾ ਹੀ ਨਹੀਂ ਲੱਗਦਾ ਵੀ ਆਹ ਆਪਣੀ ਰੀਝ ਹੈ ਵਿਚਾਲੇ ਤਾਂ ਕਰਕੇ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ ਨਾਗਬਲ ਜੇ ਬਣਾ ਬਣਾ ਕਰਤੀ ਵੀ ਟਰਾਲੀ ਖਾਲੀ ਕਰ ਲਈ ਆਪਾਂ ਟਰਾਲੀ ਖਾਲੀ ਹਲੇ ਵੀ ਨਹੀਂ ਹੋਈ
ਜਾਣਾ ਪੈਣਾ ਪਰਲੇ ਖੇਤ ਦੀ, ਚੱਲ ਨਾਲ ਹੀ ਆ ਫਿਰ ਉੱਧਰ ਕਰਦੇ ਹਾਂ ਗੱਦੀ। ਇੱਥੇ ਕਰਾਹ ਲਵਾ ਤਾ ਹੈਗਾ, ਕਰਾਹ ਲਵਾ ਕੇ ਪਨੀਰੀ ਵੇਚੀ ਆ, ਮਰਦੀ ਨਹੀਂ ਪਨੀਰੀ, ਵਧੀਆ ਰਹਿੰਦੀ ਹੈ, ਵਧੀਆ ਹੋਈ ਆ ਪਨੀਰ ਤਾਂ, ਅੱਛੀ ਹੈ ਅੱਛੀ ਹੈ। ਗਾਵਾਂ ਖਾਣ ਲੱਗੀਆਂ ਹੋਈਆਂ ਸੀ ਕੱਲ੍ਹ, ਉਹ ਹੋਣਾ ਖਾਣ ਤਾਂ ਵਧੀਆ ਰਹੂ। ਖੇਤ ਬਦਲ ਲਿਆ ਆਪਾਂ, ਇੱਧਰ ਆ ਗਏ ਆਹ ਮੱਕੀ, ਇੱਧਰ ਵੀ ਸੇਕ ਲਵਾਇਆ ਪਿਆ ਯਾਰ, ਅੱਗ ਲਾਈ ਸੀ ਗੁਆਂਢੀਆਂ ਨੇ, ਆਹ ਦੇ ਕਿੰਨਾ ਲੱਗਿਆ ਖੂੰਜਿਆਂ 'ਚ, ਪਤੰਦਰਾਂ ਨੇ ਹਾਲੀ ਨਹੀਂ ਲਾਇਆ, ਇੱਧਰ ਵੀ ਖੂੰਜੇ 'ਚ ਲੱਗਿਆ, ਉੱਧਰ ਵੀ ਖੂੰਜੇ 'ਚ ਹੀ ਲੱਗਿਆ। ਅਤੇ ਬਾਈ ਮੌਸਮ ਇੰਨਾ ਘੈਂਟ ਆ ਪਿਆ, ਠੰਡੀਆਂ ਠੰਡੀਆਂ ਹਵਾਵਾਂ, ਬੱਦਲ ਭਰਿਆ ਆ, ਅਤੇ ਟਾਈਮ ਇਹ 8:00 ਕੱਲ੍ਹ ਹਨੇਰਾ ਤਾਂ ਹੋਣਾ ਜੀ, ਪਰ ਬੱਦਲ ਦੇਖੋ ਇੱਧਰ ਹੈ ਨਹੀਂ, ਆਹ ਆਪਣੇ ਲਗਭਗ ਪੈਂਦਾ ਜਿਹਾ ਹੁੰਦਾ, ਜੇ ਕਿਤੇ ਪੈ ਵਧੀਆ ਯਾਰ ਪੈ ਜਾਵੇ ਰੋਣੀ ਉਹ ਜੂ ਸੁੱਕੇ ਪਏ ਆ ਖੇਤ, ਅਤੇ ਝੋਨੇ 'ਤੇ ਪਾਣੀ ਨਹੀਂ ਤੁਰਨਾ, ਜਦੋਂ ਝੋਨਾ ਕੱਦੂ ਸੱਟ ਨੂੰ ਪਾਣੀ ਛੱਡਣਾ, ਪਾਣੀ ਨਹੀਂ ਤੁਰਨ ਜਾਣਾ, ਜਮ੍ਹਾਂ ਹੀ ਸੁੱਕੇ ਪਏ ਆ ਖੇਤ, ਹੈ ਹੀ ਨਹੀਂ ਮੀਂਹ ਦਾ ਨਾਮੋ ਨਿਸ਼ਾਨ ਹੀ ਨਹੀਂ ਯਾਰ, ਮੀਂਹ ਨਹੀਂ ਪਿਆ, ਪੈਣਾ ਪਤਾ ਕਦੋਂ ਆ, ਜਦੋਂ ਮੱਕੀ ਵੱਢਣੀ ਆ, ਇਸ ਵਾਰ ਪੱਕਾ ਪਊ, ਚਾਰ ਪਾਉਣਾ ਵਾ ਜਾਂ ਮੱਕੀ ਵੱਢਣੀ ਆ, ਉਦੋਂ ਫਿਰ ਉਹੀ ਵੀ ਨਹੀਂ ਹੋਣੀਆਂ ਨੇ ਖੱਜਲ ਖੁਆਰੀ ਵਾਲੀਆਂ। ਮੱਕੀ ਦੇਖੋ ਆਪਣੇ ਏਰੀਏ, ਮੱਕੀ ਵੀ ਆ, ਮੱਕੀ ਮੱਕੀ ਮੱਕੀ, ਮੀਂਹ ਪੈ ਜਾਵੇ ਤਾਂ ਵਧੀਆ ਯਾਰ, ਠੰਡਾ ਜਿਹਾ ਹੋਜੂ ਮੌਸਮ, ਗਰਮੀ ਨੇ ਲੰਬ ਕੱਢੇ ਪਏ ਆ, ਅਤੇ ਸਾਰਾ ਦਿਨ ਬੁੰਦਲੇ ਹੀ ਰਹੇ, ਗਰਮੀ ਬਹੁਤ ਸੀ। ਚਲੋ ਬਾਕੀ ਜਦੋਂ ਰੱਬ ਨੇ ਚਾਹਿਆ ਕਿ ਉਦੋਂ ਹੀ ਪੈਣਾ ਕਿ ਨਹੀਂ ਪੈ ਜਾਵੇ, ਆਪਾਂ ਤਾਂ ਕਹਿੰਦੇ ਹਾਂ ਵਧੀਆ ਗੱਲ ਆ, ਵਧੀਆ ਗੱਲ ਆ ਭਾਈ, ਜਿਹੜੀ ਗੱਲ ਆ ਬਾਈ, ਕੈਮਰੇ 'ਚ ਪਤਾ ਨਹੀਂ ਕੈਪਚਰ ਹੋਊ ਕਿ ਨਹੀਂ, ਹਨੇਰ ਦੇਖੋ ਛਾਇਆ ਨਹੀਂ ਯਾਰ, ਇੱਧਰ ਤੱਕ ਉਹ ਦੇਖ ਲਓ ਕੈਮਰਾ ਹਲੇ ਚਾਨਣ ਦਿਖਾ ਰਿਹਾ, ਆਹ ਦੇ ਕੈਮਰੇ ਦੇਖ ਲਿਆ, ਇੱਧਰ ਤੱਕ ਉਹ ਦੇਖਣ ਵੀ ਹਟ ਗਿਆ, ਇੰਨਾ ਕਿ ਹਨੇਰਾ ਛਾ ਗਿਆ, ਉਹ ਦੇਖੇ ਤੱਕ ਇੱਧਰੋਂ ਪਰੇ ਪਰੇ ਐਨ ਫੁੱਲ ਹਨੇਰਾ ਛਾਇਆ ਹੁੰਦਾ ਇੱਧਰ ਬਾਈ, ਆਹ ਦੇਖ ਲਓ ਇੱਧਰ ਵਧੀਆ ਪਿਆ, ਆਹ ਤਾਂ ਜੇ ਮੀਂਹ ਆ ਗਿਆ ਨਾ ਲਾਂਬੀ ਕੱਢ ਦੂ, ਇੰਨਾ ਕੁ ਪੈ ਜੂੰ ਲੱਗਦਾ, ਬੱਦਲ ਭਰੇ ਹੋਏ ਆ ਫੁੱਲ, ਆਪੂ ਕਿਉਂ ਨਹੀਂ ਵੀਡੀਓ ਜੀ ਆਈ ਸੀ, ਇੱਕ ਢੇਰ ਫੁੱਲ ਆਪਣੀ ਵੀ ਆ ਗਿਆ, ਆਹ ਦੇ ਚੱਲ ਪਈ ਹਵਾ, ਤੁਹਾਨੂੰ ਖੈਰ ਆਵਾਜ਼ ਚਾਹੁੰਦੇ ਹੋ ਇੰਨਾ ਢੇਰ ਨਾਲ, ਆਹ ਦੇਖ ਇੱਕ ਰੂਪ ਇੱਧਰ ਤਾਂ ਯਾਰ ਜਮਾਂ ਹੀ ਜਮਾਂ ਹੀ ਹਨੇਰੀ ਆਈ, ਜਮਾਂ ਹੀ ਜਾਣੀ ਹਨੇਰੀ ਆ ਗਿਆ, ਪਤਾ ਨਹੀਂ ਕੀ ਹੈ, ਫੋਨ ਵੀ ਡੋਲਣ ਲੱਗ ਗਿਆ ਹੱਥ 'ਚ, ਬਈ ਧੁੰਦਾਂ ਤੋਂ ਵੀ ਉਹ ਹਾਲ ਹੋ ਗਿਆ, ਟਰੈਕਟਰ ਦੇਖਦਾ ਨੰਬਰ ਦਾ ਲਿਆ, ਹੋਏ ਹੋਏ ਹੋਏ, ਉੱਥੇ ਦਰਖਤ ਆ, ਮੈਂ ਪਿੱਛੇ ਕਰਾਇਆ ਵਾ, ਮੈਂ ਕਿਹਾ ਦਰਖਤ ਤੋਂ ਪਿੱਛੇ ਕਰਦੀ ਟਰੈਕਟਰ, ਮੈਨੂੰ ਤਾਂ ਕੋਈ ਦਿਖਣ ਨਹੀਂ ਹਟ ਗਿਆ, ਜਿਹੜੇ ਤੂੜੀ ਉੱਡੀ ਵਰਦੀ ਆ, ਸਾਲਾ ਮੂੰਹ ਖੋਲਦੇ ਬਸ ਬਹੁਤ ਆ, ਉਹ ਭਰਾਵਾ ਆ ਜੀ ਲੈ ਜੀ ਬੰਦਾ ਕਿਤੇ ਰਾਤਾ ਬਾਹਰ ਕਿੰਨੀ ਆ, ਅੱਖਾਂ ਨਾ ਅੱਖਾਂ ਖੋਲਦੀਆਂ ਬਾਈ, ਮੂੰਹ ਖੋਲਦਿਆਂ ਵਿੱਚ ਮਿੱਟੀ ਪਈ ਜਾਂਦੀ ਆ, ਹਲੇ ਟਰੈਕਟਰ ਉਹ ਬਾਹਰ ਹੀ ਖੜੇ ਆ, ਤਾਂ ਮੈਂ ਤੇਰੇ ਕੋਲ ਰੱਬਾ, ਹਲੇ ਮੀਂਹ ਦੀਆਂ ਗੱਲਾਂ ਕਰਦੇ ਸੀਗੇ, ਡਰ ਲੱਗਦਾ ਯਾਰ ਮੈਨੂੰ ਤਾਂ, ਐਵੇਂ ਜੇ ਖੜਾ ਹਵਾ ਘੱਟ ਲੱਗਦੀ ਆ, ਸ਼ੈੱਡ ਦਾ ਹੈਗਾ ਪੂਰਾ ਦਰਖਤ ਡੈ ਪਿਆ ਜੀ, ਰੋਡ ਦੇ ਦਰਖਤ ਡੈ ਪਿਆ ਵਿੱਚ ਨਾਲ,
ਦਰਖਤ ਜਮੇ ਤੂੰ ਹੀ ਕਰਦਾ ਸਵਾਲ ਆਉਂਦਾ ਸਵਾਲ ਆਉਂਦਾ ਕੱਢਦਾ ਕਿਵੇਂ ਹੁਣ ਛੀ ਮੈਂ ਵੀ ਹਲੇ ਸਟੋਰੀ ਪਾਈ ਸੀ ਮਗਰ ਪਰ ਆਪਾਂ ਮੀਂਹ ਸਾਹਿਬ ਆਪ ਵੀ ਆ ਗਿਆ ਆ ਦਰਖਤ ਗਿਆ ਪਿਆ ਨਾਲ ਹੀ ਜਮਾਈ ਇੱਥੇ ਹਲੇ ਵੀ ਪਈ ਜਾਂਦਾ ਪਤਾ ਨੀ ਕਿਹੜਾ ਵਾ ਕਰਨਾ ਤਾਂ ਆਪਾਂ ਨੂੰ ਹੀ ਪੈਣਾ ਇਹ ਕਿਉਂਕਿ ਆਪ ਨੂੰ ਪਤਾ ਇੱਥੇ ਰਾਤ ਨੂੰ ਕੋਈ ਬੱਜੂਗਾ ਮੈਂ ਦੇਖਿਆ ਪਹਿਲਾਂ ਤੁਹਾਨੂੰ ਦਿਖਾਉਣੀ ਚੱਲੇ ਰੋਡ ਹੀ ਬਲੋਕ ਕਰਦਾ ਜਮਾ ਬਾਜੀ ਬਾਹ ਕਹਦਾ ਲਓ ਜੀ ਟਾਈਮ ਹੋ ਗਿਆ 9:15 ਉਹ ਟਰੈਕਟਰ ਉੱਧਰ ਖੜਾ ਲੁੱਟਰ ਖੜਾ ਉਹ ਵੀ ਬਾਹਰ ਹੀ ਖੜਾ ਮੈਂ ਚੱਲ ਇਹਨੂੰ ਅੰਦਰ ਕਰ ਦਿੰਦਾ ਇੱਥੇ ਐਵੇਂ ਨਾ ਪਾਣੀ ਪੁਣੀ ਪੈ ਜਾਵੇ ਕਿਤੇ ਰਾਤ ਨੂੰ ਮੀਂਹ ਹੋਰ ਆ ਗਿਆ ਤਾਂ ਹੁਣ ਮੀਂਹ ਜਿਹਾ ਪੈ ਗਿਆ ਇੱਕ ਵਾਰੀ ਬੜਾ ਜ਼ਿਆਦਾ ਵੀ ਨਹੀਂ ਪਿਆ ਥੋੜ੍ਹਾ ਵੀ ਨਹੀਂ ਪਿਆ ਠੀਕ ਜਿਹਾ ਪੈ ਗਿਆ ਅਤੇ ਹਨੇਰੀ ਚੱਲਣੋਂ ਹਟ ਗਈ ਜਾਣੀ ਕਿਉਂਕਿ ਮਿੱਟੀ ਉੱਡਣੋਂ ਹਟ ਗਈ ਅਤੇ ਪਾਣੀ ਗਿੱਲੀ ਹੋ ਗਈ ਚੱਲ ਅੰਦਰ ਲਾ ਦਈਏ ਐਵੇਂ ਪਾਣੀ ਪੁਣੀ ਭਰ ਗਈ ਕਿਸੇ ਪਾਸੇ ਕਿ ਨਹੀਂ ਗਿੱਲੀ ਪਈ ਆ ਸੀਟੀ ਅਤੇ ਨੌਰਮਲ ਹੁਣ ਪਤਾ ਤਾਂ ਹੈ ਨਹੀਂ ਕਿੰਨਾ ਕੁ ਹੋ ਗਿਆ ਚੱਲ ਫਿਰ ਵੀ ਵੀਡੀਓ ਨੂੰ ਆਪਾਂ ਸਮਾਪਤ ਕਰਦੇ ਹਾਂ ਇੱਥੇ ਠੀਕ ਆ ਕੱਲ ਨੂੰ ਆਪਾਂ ਨਵੀਂ ਵੀਡੀਓ 'ਚ ਮਿਲਾਂਗੇ ਠੀਕ ਹੈ ਜੀ ਵਾਹ ਜੀ ਵਾਹ